कांग्रेस ने सारे कम करने वाले ऐसे चोर मुर्दाबाद, मरी जमीन वाले ऐसे चोर मुर्दाबाद, खाने तो कटोरे ऐसे चोर मुर्दाबाद। बलात्कार के मामले नूं लै के पुलिस वालों कथित तौर पर झूठा केस दर्ज करन दे विरोध विच पिंड तूड़ दी पंचायत वालों थाना सिटी तरन तारण के बाहर धरना लगा के जबरदस्त रोस प्रदर्शन किया गया। पिंड वासियों ने आरोप लगाया कि पुलिस ने बलात्कार के मामले में कुछ पिंड वासियों से झूठा केस दर्ज किया है तो पुलिस सियासी दबाव हेठ काम कर रही है, जिसका विरोध करते हुए उन्होंने वालों थाना सिटी के बाहर धरना लगा के झूठा केस रद्द करने की मांग की जा रही है। ये जी धरना जी पिछले लंबे समय तो साढ़े पिंड का एक अपने आप कांग्रेसी आगू खुआ वाला वो लगातार लोगों के झूठे परचे दर्ज किए जा रहे हैं। उस कड़ी वजो जो छब्बी का परचा मुरादपुरे की झूठी कहानी बना के साढ़े पिंड की समुची पंचायत से मैं सबका सरपंच है मेरे तेल उस विरोध वजो परचा रद्द कराने वास्ते लाया गया। हाँ जी हाँ जी पार्टी वालों कराया जा रहा है। ਸਾਡੇ ਆਪਾਂ ਕਹਿੰਦੇ ਬਲੂਸਾ ਭਲਕੇ ਬਹੁਤ ਧੜੇ ਚੱਲ ਰਿਹਾ ਜੀ, ਇੱਕ ਡਿੰਪਾ ਧੜਾ ਇੱਕ ਸਿੱਕੀ ਧੜਾ। ਸਾਨੂੰ ਅਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਵੀ ਉਸ ਬੰਦੇ ਦੀ ਮਦਦ ਕਿਹੜਾ ਬੰਦਾ ਕਰ ਰਿਹਾ। ਜਦੋਂ ਸਾਨੂੰ ਇਹ ਕਲੀਅਰ ਹੋ ਗਿਆ ਕਿਹੜਾ ਬੰਦਾ ਉਸਦੀ ਮਦਦ ਕਰ, ਆਉਣ ਵਾਲੇ ਸਮੇਂ ਦੇ ਵਿੱਚ ਜੇ ਉਹ ਐਂਪਾ ਡਿੰਪਾ ਵਾ ਜਾਂ ਸਿੱਕੀ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨਾਂ ਦੇ ਘਰਾਂ ਵੱਲ ਵੀ ਤਿਆਰੀਆਂ ਕਰਾਂਗੇ, ਉਹਨਾਂ ਨੂੰ ਵੀ ਘਰਾਂ ਤੋਂ ਮੁੜੇ ਧਰਨਾ ਲਾਵਾਂਗੇ ਜੇ ਇਸ ਇਹਦੀਆਂ ਲਗਾਮਾਂ ਉਹਨਾਂ ਨੇ ਨਾ ਖਿੱਚੀਆਂ। ਅਸੀਂ ਜੀ ਐਸ ਐਚ ਓ ਦੇ ਗਾੜੀ ਲਗਾਇਆ ਜੇ ਸਿਟੀ ਐਸ ਐਚ ਓ ਦੇ ਇਹਨੇ ਝੂਠੀ ਕਹਾਣੀ ਬਣਾ ਕੇ ਝੂਠੀ ਕਹਾਣੀ ਬਣਾ ਕੇ ਮੁਰਾਦਪੁਰੇ ਦੀ ਇਹ ਜਿਹੜੀ ਗੋਦਵਾਲ ਦੀ ਪੁਲਿਸ ਸੀ ਉਹਨੂੰ ਪਤਾ ਸੀ ਵੀ ਇਹ ਜਿਹੜਾ ਬੰਦਾ ਵਾ ਇਹ ਪਿਓਰ ਝੂਠਾ, ਉਹ ਇਹਦੀ ਦਰਖਾਸਤ ਲੈਂਦੇ ਨਹੀਂ ਸੀ। ਇਸ ਤੋਂ ਪਹਿਲਾਂ 15 ਦਿਨ ਪਹਿਲਾਂ ਇੱਕ ਬਲਾਤਕਾਰ ਦੀ ਝੂਠੀ ਕਹਾਣੀ ਬਣਾਈ ਸੀ ਸਾਡੀ ਪੰਚਾਇਤ ਦੇ ਉੱਤੇ, ਉਹ ਵੀ ਪਰਚਾ ਰੱਦ ਹੋਇਆ, ਉਹ ਪਰਚਾ ਆਇਆ ਦਰਖਾਸਤ ਦਿੱਤੀ ਸੀ ਤੇ ਉਹ ਲੜਕੀ ਨੂੰ ਜਦੋਂ ਪਤਾ ਲੱਗਾ ਮੇਰੇ ਬਲਾਤਕਾਰ ਦੀ ਦਰਖਾਸਤ ਦਵਾਈ ਆ, ਉਹ ਲੜਕੀ ਨੇ ਆਪਣਾ ਐਫੀਡੇਵਿਟ ਦੇ ਕੇ ਤੇ ਸਰਪੰਚ ਪੰਚਾਇਤ ਦੇ ਹੱਕ 'ਚ ਬਿਆਨ ਦੇ ਦਿੱਤੇ। ਇਸ ਸੰਬੰਧੀ DSP ਸਿਟੀ ਸੁੱਚਾ ਸਿੰਘ ਬਲ ਨੇ ਆਖਿਆ ਕਿ ਸ਼ਿਕਾਇਤ ਮਿਲਣ ਤੇ ਕੇਸ ਦਰਜ ਕਰਨਾ ਪੁਲਿਸ ਦਾ ਫਰਜ਼ ਹੈ ਅਤੇ ਪੁਲਿਸ ਨੇ ਸ਼ਿਕਾਇਤ ਮਿਲਣ ਤੇ ਪਿੰਡ ਤੂੜ ਦੇ ਕੁਝ ਲੋਕਾਂ ਤੇ ਕੇਸ ਦਰਜ ਕੀਤਾ ਹੈ। ਜੇਕਰ ਮਾਮਲੇ ਦੀ ਤਫਤੀਸ਼ ਵਿੱਚ ਕੁਝ ਝੂਠ ਨਿਕਲਦਾ ਹੈ ਤਾਂ ਪੁਲਿਸ ਵੱਲੋਂ ਕੇਸ ਰੱਦ ਵੀ ਕਰ ਦਿੱਤਾ ਜਾਂਦਾ ਹੈ। ਦੇਖੋ ਸਾਡੇ ਕੋਲ ਕੋਈ ਵੀ ਕੰਪਲੇਂਟ ਜਦੋਂ ਆਪਣੀ ਕਿਸੇ ਕੋਗਨੀਜੇਬਲ ਅਫੈਂਸ ਦੀ ਇਨਫੋਰਮੇਸ਼ਨ ਦਿੰਦਾ ਤਾਂ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਉਹਦਾ ਕੇਸ ਰਜਿਸਟਰ ਕਰਨ ਦੀ, ਅਸੀਂ ਰਿਫਿਊਜ਼ ਨਹੀਂ ਕਰ ਸਕਦੇ ਉਹਨੂੰ। ਉਸ ਤੋਂ ਬਾਅਦ ਤਫਤੀਸ਼ ਦੇ ਵਿੱਚ ਵੇਖਿਆ ਜਾਂਦਾ ਕਿ ਪਰਚਾ ਸਹੀ ਦਰਜ ਹੋਇਆ ਕਿ ਗਲਤ ਦਰਜ ਹੋਇਆ। ਜੇ ਗਲਤ ਦਰਜ ਹੋਇਆ ਤਾਂ ਉਹਦੇ ਮੁਤਾਬਕ ਉਹ ਕੈਂਸਲ ਹੋ ਜਾਊਗਾ, ਜੇ ਸਹੀ ਦਰਜ ਹੋਇਆ ਤਾਂ ਉਹਦੀ ਤਫਤੀਸ਼ ਜਿਹੜੀ ਉਹ ਜਾਰੀ ਆ। ਵੈਸੇ ਇਹਦੀ ਇਨਵੈਸਟੀਗੇਸ਼ਨ ਮਾਨਯੋਗ SSP ਸਾਹਿਬ ਵੱਲੋਂ ਸ਼੍ਰੀ ਰਵੀਸ਼ੇਰ ਸਿੰਘ DSP ਕਰ ਰਹੇ ਆ।